ਜਿਹੜਾ ਆਪਣੇ ਵਾਲਾ ਨਿੱਕਾ ਹੈ ਨਾ ਪਿਸ਼ੌਰ, ਇਹ ਪਿਸ਼ੌਰ ਦਾ ਭਰਾ ਦਿਖਾਉਣਾ ਤੁਹਾਨੂੰ। ਪੋਰਸ ਨਹੀਂ, ਹਿੰਦ ਕੇਸਰੀ ਇਹਦਾ ਭਰਾ ਹੈ ਇੱਕ। ਉਹ ਭਰਾ ਹੈ ਸੱਜਣੋਂ ਬਾਪ ਵਾਲੇ ਪਾਸਿਓਂ, ਇਹਦਾ ਭਰਾ ਅਲਬਖਸ਼ ਦਾ ਸ਼ਹਿਰੀ ਵਾਲੇ ਦਾ ਬੱਚਾ। ਆ ਜਾਓ ਉਹ ਦਿਖਾਉਣਾ ਤੁਹਾਨੂੰ। ਆ ਚੱਕੋ, ਆਹ ਹੈ ਮੰਨ ਲਓ ਹਿੰਦ ਕੇਸਰੀ। ਕੰਨ ਤੁਸੀਂ ਦੇਖ ਲਓ ਵੀ ਆਪਣੇ ਨਿੱਕੇ ਦਾ ਵੀ ਹੁਣ ਜਮਾਂ ਐਂ ਜੁੜ ਗਿਆ ਜਿਵੇਂ ਇਹਦਾ ਹਿੰਦ ਕੇਸਰੀ ਦਾ ਜੁੜਿਆ ਹੋਇਆ, ਅਤੇ ਐਵੇਂ ਹੀ ਇਹਦਾ ਅਤੇ ਐਵੇਂ ਹੀ ਇਸ ਦੇ ਪਿਓ ਦਾ, ਹਿੰਦ ਕੇਸਰੀ ਦੇ ਪਿਓ ਦਾ ਵੀ ਕੰਨ ਆ ਜਿਹੜਾ ਅਲਬਖਸ਼ ਦਾ, ਉਹ ਆਈ ਆ ਸੱਜਣ। ਜੇ ਤੁਸੀਂ ਇਹਨੂੰ ਭੱਜੇ ਫਿਰਦੇ ਤੁਰੇ ਫਿਰਦੇ ਦਾ ਜਿਹੜਾ ਭੁਲੇਖਾ, ਉਹ ਬਿਲਕੁਲ ਅਲਬਖਸ਼ ਵਾਲਾ ਭੁਲੇਖਾ ਹੀ ਤੁਹਾਨੂੰ ਪਊਗਾ। ਤੁਹਾਨੂੰ ਕਾਪੀ ਲੱਗੂਗੀ ਇਹ ਆਪਦੇ ਬਾਪ ਦੀ ਸਜੋਂ। ਇਹਦੇ ਮੱਥੇ ਦਾ ਪਟਾ ਬਹੁਤ ਕਮਾਲ ਦਾ ਪਟਾ ਹੈ ਸੋਹਣੇ ਸੱਜਣੋਂ, ਅਤੇ ਇਹਦਾ ਕੰਨ ਬਹੁਤ ਕਮਾਲ, ਇਹਦੀ ਗਰਦਨ ਬਹੁਤ ਕਮਾਲ ਆ, ਇਹਦੀ ਹਾਈਟ ਆ ਸੱਜਣੋਂ ਜਿਹੜੀ ਉਹ 64 ਪਲੱਸ ਇਸ ਘੋੜੇ ਦੀ ਹਾਈਟ ਹੈ। ਅਤੇ ਸਭ ਤੋਂ ਕਮਾਲ ਦੀ ਗੱਲ ਇਹ ਆ ਵੀ ਇਸ ਘੋੜੇ ਦਾ ਇੱਕ ਬੱਚਾ ਆਇਆ, ਉਹ ਬਹੁਤ ਚੰਗਾ ਬੱਚਾ ਆਇਆ। ਉਹ ਘੋੜੀ ਰਤਨਾਕਰ ਦੀ ਹੈ, ਉਹਦੇ ਤੋਂ ਬਹੁਤ ਚੰਗਾ ਬੱਚਾ ਆਇਆ, ਉਹ ਵੀ ਤੁਹਾਨੂੰ ਮੈਂ ਦਿਖਾਉਣਾ, ਇੱਕੋ ਹੀ ਬੱਚਾ ਆਇਆ ਹੁਣ ਤੱਕ। ਅਤੇ ਦੂਜੀ ਗੱਲ, ਜਿਹੜੀ ਇਸ ਘੋੜੇ ਦੀ ਮਾਂ ਨਾ ਸੱਜਣੋ, ਉਹ ਹੈਗੀ ਆ ਬਾਦਲਾਂ ਵਾਲੇ ਰਾਜ ਹੰਸ ਘੋੜੇ ਦੀ, ਉਦੈਪੁਰ ਪੈਲਸ ਲੈਣ ਦੀ ਆ ਇਹਦੀ ਮਾਂ। ਅਤੇ ਜਿਹੜਾ ਇਹਦਾ ਬਾਪ ਆ ਉਹ ਅਲਬਖਸ਼ ਆ, ਅਤੇ ਅਲਬਖਸ਼ ਤੁਹਾਨੂੰ ਪਤਾ ਹੈ ਵੀ ਭਾਈ ਦਰੋਣੇ ਦਾ, ਸਚਨ ਵਾਲੇ ਦਾ ਬੱਚਾ, ਜਿਹੜਾ ਸਚਨ ਕੋਲ ਮਹਾਰਾਸ਼ਟਰ ਪੂਨੇ ਦੇ ਵਿੱਚ ਆ ਦਰੋਣਾ, ਅਤੇ ਦਰੋਣਾ ਹੈਗਾ ਸ਼ਾਨਦਾਰ ਦਾ, ਸ਼ਾਨਦਾਰ ਹੈਗਾ ਅਲੀਸ਼ਾਨ ਦਾ, ਅਤੇ ਅਲੀਸ਼ਾਨ ਹੈਗਾ ਮੰਨ ਲਓ ਤੂਫਾਨ ਦਾ। ਇਹ ਅਲੀਸ਼ਾਨ ਤੂਫਾਨ ਲਾਈਨ 'ਚੋਂ ਆ ਬਾਪ ਵਾਲੇ ਪਾਸਿਓਂ। ਪਰ ਇਹਦੇ ਦੇਖੋ ਤੁਸੀਂ ਗੱਲ ਕਿ ਦਰੋਣੇ ਦੀ ਮਾਂ ਬਹੁਤ ਕਮਾਲ, ਟਰੱਕ ਜਿੱਡੀ ਘੋੜੀ ਦਰੋਣੇ ਦੀ ਮਾਂ। ਫਿਰ ਇਹਦੇ ਬਾਪ ਦੀ ਮਾਂ ਮਾਨਕੀ, ਉਹ ਬਹੁਤ ਕਮਾਲ ਦੀ, ਬਹੁਤ ਹੀ ਕਮਾਲ ਦੀ ਘੋੜੀ। ਇਸ ਬਛੇਰੇ ਦੇ ਮਗਰਲੇ ਪਾਸੇ ਦਰੋਣੇ ਦੀ ਮਾਂ ਖੜ੍ਹੀ ਆ, ਦਰੋਣਾ ਖੜ੍ਹਾ ਹੈ, ਅਲਬਖਸ਼ ਖੜ੍ਹਾ, ਅਲਬਖਸ਼ ਦੀ ਮਾਂ ਖੜ੍ਹੀ ਆ, ਇਹਦੀ ਮਾਂ ਖੜ੍ਹੀ ਆ, ਉਦੈਪੁਰ ਪੈਲਸ ਲੈਣ ਖੜ੍ਹੀ ਆ। ਮਤਲਬ ਬਹੁਤ ਚੀਜ਼ਾਂ ਦਾ ਸੁਮੇਲ ਆ ਇਹ ਬਛੇਰਾ। ਅਤੇ ਫਿਰ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਸੁਨੱਖਾ ਤਾਂ ਹੈ ਹੀ ਹੈ, ਇਹਦੇ ਨਾਲ ਮੁਹੱਬਤ। ਇੱਕ ਸੇਵਕ ਜਿਹੜਾ ਸੇਵਾਦਾਰ ਘੋੜੇ ਦੀ ਸੇਵਾ ਕਰਦਾ ਨਾ ਮੁੰਡਾ, ਮੈਂ ਤੁਹਾਨੂੰ ਉਹਦੀ ਫੋਟੋ ਦਿਖਾਉਂਦਾ, ਉਹਦੀ ਬਹੁਤ ਜ਼ਿਆਦਾ ਮੁਹੱਬਤ ਹੈ। ਇੰਟਰਵਿਊ ਦੇ ਵਿੱਚ ਤੁਸੀਂ ਗੱਲ ਸੁਣੋਗੇ ਨਾ ਜਦੋਂ, ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਬਾਈ ਯਾਦ ਗਰੇਵਾਲ ਤੁਹਾਨੂੰ ਇਹ ਗੱਲ ਦੱਸੂਗਾ ਕਿ ਇਹਦੀ ਸੇਵਾ ਕਰਨ ਵਾਲਾ ਮੁੰਡਾ ਨਾ ਰਾਜਸਥਾਨ ਦਾ, ਅਤੇ ਉਹਦੇ ਨਾ ਘਰ ਵਾਲੀ ਕੋਲ ਬੇਟਾ ਹੋਇਆ, ਉਹ 5 ਮਹੀਨੇ ਬੇਟਾ ਵੇਖਣ ਨਹੀਂ ਗਿਆ, ਸਿਰਫ ਇਸ ਕਰਕੇ ਕਿ ਉਹਨੂੰ ਇਹ ਡਰ ਸੀਗਾ ਕਿਤੇ ਮੇਰੇ ਜਾਣ ਤੋਂ ਮਗਰੋਂ ਮਾਲਕ ਆ ਜਿਹੜੇ ਉਹ ਘੋੜਾ ਨਾ ਵੇਚ ਦੇਣ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਲੋਕ ਚੱਕਰ ਕਾਫੀ ਮਾਰ ਰਹੇ ਸੀ ਘੋੜਾ ਖਰੀਦਣ ਵਾਸਤੇ। ਫਿਰ ਉਸ ਤੋਂ ਬਾਅਦ ਯਾਦ ਗਰੇਵਾਲ ਹੋਣਾ ਨੇ ਇਹਦੇ ਨਾਲ ਮੁੰਡੇ ਨਾਲ ਵਾਅਦਾ ਕੀਤਾ ਕਿ ਨਹੀਂ ਸੱਜਣਾ, ਘੋੜਾ ਨਹੀਂ ਵੇਚਦੇ, ਬੇਫਿਕਰ ਹੋਏ ਆਪਦਾ ਬੱਚਾ ਵੇਖ ਕੇ। ਆਹ ਮੁੰਡਾ ਡੱਬੀਆਂ ਵਾਲੀ ਸ਼ਰਟ ਵਾਲਾ ਜਿਹਦੀ ਮੈਂ ਗੱਲ ਕਰ ਰਿਹਾ, ਜਿਹਦੇ ਇਹਦੇ ਨਾਲ ਘੋੜੇ ਨਾਲ ਮੁਹੱਬਤ ਬਹੁਤ ਹੈ। 3 ਭਰਾ ਰਲ ਕੇ ਘੋੜਾ ਪਾਲਦੇ ਆ, ਬਾਈ ਸੁਖਚੈਨ ਘਮਾਨ, ਬਾਈ ਸਤਿੰਦਰ ਘਮਾਨ ਅਤੇ ਬਾਈ ਯਾਦ ਗਰੇਵਾਲ। 3 ਭਰਾਵਾਂ ਦੀ ਸਾਂਝ ਆ। ਦਿੜਬੇ ਦੇ ਵਿੱਚ ਸੱਜਣੋਂ GG ਸਟੱਡ ਫਾਰਮ ਦਿੜਬੇ ਦੇ ਉੱਤੇ ਇਹ ਘੋੜਾ ਹੈਗਾ। ਕਿੰਨੀ ਫੀਸ ਲੈਣਗੇ, ਕਿਹੜੇ ਕਿਹੜੇ ਸ਼ੋਆਂ ਤੋਂ ਇਹ ਜਿੱਤਿਆ, ਕੀ ਕਰਨ ਦਾ ਇਰਾਦਾ, ਆਪਾਂ ਸਾਰੀ ਗੱਲਬਾਤ ਸੁਣਦੇ ਹਾਂ। ਪਹਿਲਾਂ ਇੱਕ ਤੁਹਾਨੂੰ ਇਹਦਾ ਬੱਚਾ ਦਿਖਾ ਦਿਆਂ, ਜਿਹੜਾ ਇੱਕੋ ਇੱਕ ਬੱਚਾ ਆਇਆ ਅਤੇ ਕਮਾਲ ਆਇਆ, ਉਹ ਬੱਚਾ ਦੇਖਣ ਤੋਂ ਬਾਅਦ ਆਪਾਂ ਕਰਾਂਗੇ ਗੱਲਬਾਤ। ਲਓ ਆਹ ਆਇਆ ਮੰਨ ਲਓ ਇਹਦਾ ਇਕੱਲਾ ਇਕੱਲਾ ਬੱਚਾ, ਘੋੜੀ ਹੈਗੀ ਰਤਨਾਕਰ ਦੀ, ਅਤੇ ਬੱਚਾ ਆਹ ਆਇਆ ਹਿੰਦ ਕੇਸਰੀ ਦਾ ਇੱਕ ਸੱਜਣੋਂ। ਕਿੰਨੀ ਫੀਸ ਲੈਣਗੇ, ਕੀ ਸਰਵਿਸ ਦੇਣਗੇ, ਕੀ ਗੱਲਬਾਤ ਕਰਨਗੇ, ਆ ਜਾਓ ਬਾਈ ਯਾਦ ਗਰੇਵਾਲ ਹੁਣਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ। ਅੱਜ ਮੈਂ ਉਸ ਬਛੇਰੇ ਕੋਲ ਪਹੁੰਚਿਆ ਜਿਹਨੂੰ ਵੇਖ ਕੇ ਨਾ ਮੈਂ ਅਲਬਖਸ਼ ਕੋਲ ਗਿਆ ਸੀਗਾ। ਇਹ ਉਹ ਬਛੇਰਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਬੋਲ ਕੇ ਕਹਿ ਚੁੱਕਿਆ,
कि अपने पिछौर का भाई है तो अलवाक्ष तो बच्चा लैण की इच्छा है जी मेरी वो इस घोड़े को वेख के पैदा हुई सी। पर अज जो चंगा बन जाता उदो तो हरेक की इच्छा पैदा हो जाती है, पर कुछ पारखू बंदे यो होंगे भी जेडे पहलिया के बच्चे कोशिश करते भी हाँ यार आप हूँ ही कोशिश करके देखते हैं भी अलवक्ष की पैदा कर सकता। असी तो पैदा होया तो बाद कोशिश की है, पर यह याद आ गए वह बंदे भी जिन्होंने पहला ही इनवैसट करता। द्रोणे का पोत्र है सचिन आले का, तो अलवक्ष घोड़े का शहरी आले का जोड़ा बठिंडे जी का अपने वाला पिछौर है उस अलवक्ष घोड़े का बच्चा याद होना को की सोचते हैं इनू लैके की भविख वास्ते रणनीति। आप सारी गलबात करते हैं भाई सत श्री अकाल। सजनों स्वाद आ गया, धुप्पा तकरीबन 12 बजे है बिल्कुल धुप्पे तुम्हें भाया वा ठीक है कि नहीं, पर अज घोड़े ने परफॉर्म बहुत सोहना किया, आनंद आया। जब मैं पहला मैं तो यह देख के घोड़े को घोड़ी लै गया बई यार घोड़े ने बच्चा बहुत सोहना कमाल पैदा कर रहा भी कापी पेस्ट कर रहा है ना पेस्ट कर रहा। मैं जदों ये कितने जाता जा इन मैं पहली बार देखा तो मैनू ए लग्या भी अलवक्ष आ गया भी कापी आ जमें, तो मैनू लग्या भी यार घोड़ा तो भी कापी ही करता है ना बिल्कुल भी मैं तो वो हाँ जिहड़ा बनी तनी चीज़ नू देख के भज्जा उहदे वल नू। तुसी थोड़े कोले बच्चा आया कि तुसी पैदा किया किवें किवें इह थोड़े दिमाग च किवें आया भी आ यार घोड़ा जिहड़ा हैगा ये ना कर सकदा। ਇਹ ਵੀਰੇ ਆਪਾਂ ਲਿਆ ਸੀਗਾ 6 ਕੁ ਮਹੀਨਿਆਂ ਦਾ ਜੀ, ਆਪਣੇ ਨਾਲ ਹੀ ਪਿੰਡ ਆ ਤੂਰਮਿਆਰਾ ਆ ਬਾਈ ਬੈਠਾ ਟੋਪੀ ਵਾਲਾ ਜੀ, ਇਹਦੇ ਸੌਰਾ ਸਾਹਿਬ ਨੇ ਬਰੀਡ ਕੀਤਾ ਬੱਚਾ। ਅੱਛਾ ਮਤਲਬ ਘਰਾਂ 'ਚ ਹੀ ਬਰੀਡ ਹੋਇਆ? ਹਾਂ ਘਰਾਂ 'ਚ ਹੀ ਬਰੀਡ ਹੋਇਆ। ਹਾਂ ਤੇ ਆਪਾਂ ਨੂੰ ਥੋੜ੍ਹੀ ਜਿਹੀ ਲਾ ਲਓ ਨਾਮਕਰਨ ਲਾ ਲਓ ਮਾਲਕ ਨੇ ਜੋ ਵੀ ਬਣਾਈ ਵਿਧੀ ਲੱਗਿਆ ਚੰਗਾ ਵੀ ਸੋਹਣਾ ਨਿਖਰੂਗਾ ਬੱਚਾ ਤੇ ਆਪਾਂ ਨੇ ਬਸ ਫਿਰ ਉਹਦੀ ਨਹੀਂ ਉਹ ਉਦੋਂ ਅਲਬਖਸ਼ ਦਾ ਇੰਨਾ ਨਾਮ ਨਹੀਂ ਹੋਣਾ ਜਦੋਂ ਇਹ ਬੱਚਾ ਤੁਹਾਡਾ ਅਲਬਖਸ਼ ਉਰੇ ਸਾਡੇ ਪਹਿਲਾਂ ਰਿਹਾ ਬਾਈ ਸ਼ਹਿਰੀ ਤੋਂ ਪਹਿਲਾਂ ਮੌਂਟੀ ਕੋਲੇ ਗੜਪੁਰ ਉਦੋਂ ਘੋੜੀ ਮੇਟ ਹੋਈ ਸੀ ਘੋੜਾ ਉਦੋਂ ਦੇਖਿਆ ਹੋਇਆ ਸੀ ਸਾਨੇ ਤਾਂ ਉਹ ਥੋੜ੍ਹਾ ਬਾਈ ਸ਼ਹਿਰੀ ਨੇ ਹੁਣ ਪ੍ਰਮੋਟ ਕਰਿਆ ਥੋੜ੍ਹਾ ਲੇਟ ਪ੍ਰਮੋਟ ਕਰਿਆ ਘੋੜਾ ਇੰਨਾ ਪ੍ਰਮੋਟ ਨਹੀਂ ਹੋਇਆ ਸੀ ਉਹ ਸਾਡਾ ਦੇਖਿਆ ਹੋਇਆ ਸੀਗਾ ਉਹੀ ਰੂਹ ਖਿੱਚਦਾ ਸੀ ਘੋੜਾ ਪਤਾ ਸੀ ਵੀ ਬੱਚੇ ਨੇ ਬਣ ਨਹੀਂ ਬਣਨਾ ਬਹੁਤ ਦੋਨਾਂ ਪਿਓ ਪੁੱਤਾਂ 'ਚ ਇੱਕ ਖਾਸੀਅਤ ਆ ਅਸੀਂ ਉਹਨੂੰ ਬੈਠੇ ਸੀ ਜਿੱਦੇ ਲਿਆ ਬਾਈ ਦੁਕਾਨ ਤੇ ਸੀ ਦਫ਼ਤਰ ਤੇ ਮੈਂ ਕਿਹਾ ਮਹਾਜ ਅੱਜ ਇੱਕ ਸੱਪ ਕੱਢਵਾ ਤੇ ਇਹਨੇ ਵੀ ਨਹੀਂ ਇਹ ਕਈ ਵਾਰੀ ਕਹਿੰਦਾ ਮੈਂ ਆਉਣਾ ਮੇਰੇ ਕੋਲ ਬੰਦਾ ਇਹਨੇ ਬੀਜੀ ਰਹਿੰਦਾ ਕਹਿੰਦਾ ਬਸ ਆ ਗਿਆ ਤੇ ਗਏ ਅਸੀਂ 3 ਮਿੰਟਾਂ 'ਚ ਸੌਦਾ ਕਰਿਆ ਬਸ਼ੇਰਾ ਲੈ ਲਿਆ ਬਸ਼ੇਰਾ ਦਾ ਮੈਂ ਪਿਓ ਪੁੱਤਾਂ 'ਚ ਇੱਕ ਗੋਣਾ ਇਹਨਾਂ ਨੂੰ ਦੂਰੋਂ ਖੜਿਆਂ ਨੂੰ ਕੋਈ ਬੰਦਾ ਜੱਜ ਨਹੀਂ ਕਰ ਸਕਦਾ ਵੀ ਇਹਨਾਂ ਦੀ ਹਾਈਟ ਕਿੰਨੀ ਹੈ ਬਿਲਕੁਲ ਬਿਲਕੁਲ। ਅਲਵਕਸ਼ ਨੂੰ ਜੇ ਦੂਰੋਂ ਖੜ ਕੇ ਐਂ ਦੂਰੋਂ ਹੋ ਉੱਥੇ ਕਿੱਲੇ 'ਤੇ ਬੰਨ੍ਹਦੇ ਜਾਂ ਇਹਨੂੰ ਬੰਨ੍ਹਦੇ ਤੇ ਇਹ ਕਹਿੰਦੇ ਵੀ ਬਾਈ 60 ਇੰਚ ਅਗਲਾ ਕੂਆ ਹਾਂ ਸਹੀ ਆ ਜਿਵੇਂ ਜਿਵੇਂ ਨਾਲ ਨੂੰ ਜਾਈ ਜਾਂਦੇ ਦਰਖਤ ਵਾਂਗੂ ਉਵੇਂ ਉਵੇਂ ਵੱਡੇ ਹੋ ਜਾਂਦੇ ਹਨਾ ਜਦੋਂ ਜਾ ਕੇ ਨਾਲ ਲੱਗਦੇ ਉਦੋਂ ਪਤਾ ਲੱਗਦਾ ਵੀ ਕਿੱਡਾ ਵੱਡਾ ਆ ਘੋੜਾ ਹਨਾ। ਇੱਕੋ ਜਿਹੇ ਕੁਛ ਘੋੜੇ ਹੁੰਦੇ ਨੇ ਜਿਹਨਾਂ ਦੀ ਲੱਤ ਬਹੁਤ ਲੰਬੀ ਆ ਉਹ ਭਾਵੇਂ ਕੱਦ ਛੋਟਾ ਹਾਂ ਫਿਰ ਵੀ ਦੇਖਣ ਨੂੰ ਵੱਡੇ ਵੱਡੇ ਲੱਗਦੇ ਹਾਂ ਇਹਨਾਂ ਦਾ ਜਿਹੜਾ ਸਾਈਜ਼ ਆ ਉਹ ਸਾਰਾ ਪੂਰਾ ਸਿਮੈਟ੍ਰੀਕਲ ਆ ਹਨਾ ਪੂਰਾ ਇੱਕੋ ਜੀ ਜੀ ਆਪਾਂ ਇਹ ਕਹਿੰਦੇ ਸਪੋਰਟਸ ਵਾਲੇ ਘੋੜੇ ਜਿਵੇਂ ਇੱਕ ਸਪੋਰਟਸਮੈਨ ਹੁੰਦਾ ਨਾ ਉਹ ਚੀਜ਼ ਉਵੇਂ ਆ ਫਿਟਨੈਸ ਯਾਰ ਇਹਦੀ ਵੀ ਉਨੀ ਹੋਈ ਆ ਮਿਹਨਤ ਮੁਹਨਤ ਬਾਬਾ ਕਰਾਉਂਦੇ ਤੁਸੀਂ ਨਹੀਂ ਕੋਈ ਬਾਲੀ ਨਹੀਂ ਇਹਨਾਂ ਦਾ ਜੀਨਸ ਲਾ ਲਓ ਜਿਵੇਂ ਐਵੇਂ ਜੈਨੇਟਿਕਲੀ ਥੋੜ੍ਹਾ ਜਿਹਾ ਫਰੀਕ ਹੀ ਸਾਰਿਆਂ ਦੀ ਦਰੋਣੇ ਦੀ ਲਾ ਲਓ ਫਿਟਨੈਸ ਜੀ 'ਚ ਵੱਧ ਨੇ ਉਨੀ ਕੋਈ ਬਾਹਲਾ ਫੇਰਾ ਤੋਰ ਠੀਕ ਆ ਰਿੰਗ 'ਚ ਮਾੜਾ ਮੋਟਾ ਭੱਜ ਲਾਉਂਦਾ ਬਾਹਰੇ 38-39 ਮਹੀਨੇ ਦਾ ਹੋ ਗਿਆ। ਤੇ ਉਹ ਤੁਸੀਂ ਮਤਲਬ ਸਾਲ ਪਹਿਲਾਂ ਇਹਦੀ ਸਰਵਿਸ ਦਿੱਤੀ ਸੀ ਆਪਦੀ ਘੋੜੀ ਤੇ ਆਪਦੀ ਸਰਕਲ 'ਚ ਬਸ ਆਪਾਂ 16 ਕੁ ਘੋੜੀਆਂ ਮਲਾਈਆਂ ਸੀ ਵੀਰੇ ਹਾਂ ਹੁਣ ਓਪਨ ਕਰ ਦਾਂਗੇ ਬਸ ਹੁਣ ਓਪਨ ਕਰਦੇ ਆ ਕਿੰਨੀ ਫੀਸ ਤੇ ਫਿਰ ਓਪਨ ਕਰੀਏ ਫੀਸ ਵੀਰੇ ਆਪਾਂ 25,000 ਰੁਪਏ ਰੱਖ ਲੈਣਾ ਬਿਲਕੁਲ ਜਾਇਜ਼ ਹਾਂ ਬਿਲਕੁਲ ਜਾਇਜ਼ ਫੀਸ ਆ ਹਾਂ ਇੰਨੀ ਕੁ ਵੀ ਸਹੀ ਆ ਵੈਸੇ ਅਗਲੇ ਸਾਲ ਵਧਾਉਣੀ ਪਊਗੀ ਮੈਨੂੰ ਇੰਨਾ ਪਤਾ ਅਗਲੇ ਸਾਲ ਵਧਾ ਲਾਂਗੇ ਹਾਂ ਹਾਂ ਵਧਾਉਣੀ ਪਊਗੀ ਕਿਉਂਕਿ ਅਲਵਕਸ਼ ਦੇ ਬੱਚੇ ਬਹੁਤ ਚੰਗਾ ਮਾਰਕਾ ਮਾਰ ਰਹੇ ਆ ਹੁਣ ਜਿਹੜੇ ਮਗਰ ਬੱਚੇ ਉੱਠ ਰਹੇ ਆ ਨਾ ਬਿਲਕੁਲ ਹੈਂ ਬਹੁਤ ਚੰਗਾ ਹੋ ਜਾਂਦਾ ਵੀਰੇ ਹਾਂ ਮੈਂ ਦੇਖ ਰਿਹਾ ਵੀ ਦੇਖੋ ਇਹ ਪਹਿਲਿਆਂ ਚੋਂ ਹੀ ਆ ਹਾਂ ਪਹਿਲਿਆਂ ਚੋਂ ਇਹ ਅਲਵਕਸ਼ ਦੇ ਪਹਿਲਿਆਂ ਚੋਂ ਪਹਿਲੇ ਬੱਚਿਆਂ ਦੇ
ਪਹਿਲਾਂ ਚੋਂ ਬਈ ਜਿਵੇਂ ਹੁਣ ਤੁਸੀਂ ਕਈ ਵਾਰੀ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਤੁਸੀਂ ਰੀਲ ਰੂਲ ਜੀ ਪਾਉਂਦੇ ਹੁੰਦੇ ਸੀਗੇ ਜੀ ਤੋਂ ਮੈਂ ਮੇਰੀ ਨਿਗਾਹ 'ਚ ਇਹ ਪਿਆ ਠੀਕ ਹੈ ਤੁਸੀਂ ਇੱਕ ਥਾਂ ਤੇ ਨਾ ਇਹਦੀ ਰੱਸੇ ਮਗਰ ਫੜ ਕੇ ਤੋਰ ਰਹੇ ਹਾਂ ਤੋਰ ਰਹੇ ਹਾਂ ਹਨਾ ਤੁਹਾਨੂੰ ਸ਼ਾਇਦ ਯਾਦ ਹੋਊਗਾ ਵੀਡੀਓ ਆ ਹਾਂ ਵੀਡੀਓ ਆ ਤੇ ਉਹਦੇ ਉੱਪਰ ਲਿਖਿਆ ਵਾ ਹਿੰਦ ਕੇਸਰੀ ਹਿੰਦ ਕੇਸਰੀ ਹਿੰਦ ਕੇਸਰੀ ਲਿਖਿਆ ਤੇ ਉਹ ਵੀਡੀਓ ਮੈਂ ਪਹਿਲੀ ਵਾਰ ਵੇਖੀ ਠੀਕ ਹੈ ਤੇ ਉਦੋਂ ਮੈਨੂੰ ਅਲਬਖਸ਼ ਮੇਰੀ ਨਿਗਾਹ ਚੜ ਗਿਆ ਠੀਕ ਹੈ ਮੈਂ ਕਿਹਾ ਯਾਰ ਬੇ ਬੱਚਾ ਪੈਦਾ ਕੀਤਾ ਅਲਬਖਸ਼ ਨੇ ਕਮਾਲ ਪੈਦਾ ਕੀਤਾ ਤੇ ਉਦੋਂ ਫਿਰ ਬਈ ਮਤਲਬ ਉਹਦੇ ਤਾਂ ਜਿਵੇਂ ਹੁਣ ਉਹਦਾ ਪਿਓ ਚੰਗੇ ਘਰਾਂ 'ਚ ਗਿਆ ਤੇ ਤੁਹਾਡੇ ਕੋਲ ਐਵੇਂ ਨਹੀਂ ਅਪਰੋਚ ਹੋਈ ਵੀ ਯਾਰ ਉਹਦਾ ਬੱਚਾ ਚੰਗਾ ਦੇ ਦਿਓ ਮੰਗਿਆ ਬਹੁਤ ਬੰਦੇ ਨੇ ਜੀ ਤੇ ਬਸ ਪਾਲੀ ਜਾਂਦੇ ਕੋਈ ਹੈ ਨਹੀਂ ਸੀ ਵਿਚਾਰ ਹਾਂ ਬਹੁਤ ਲੈਣਾ ਬਹੁਤ ਬੰਦੇ ਨੇ ਚਾਹਿਆ ਹਾਂ ਆ ਪਿੱਛੇ ਵੀ ਗੱਲ ਚੱਲ ਰਹੀ ਸੀ ਵੀ ਹਜੇ ਫਿਲਹਾਲ ਕੋਈ ਹੈ ਨਹੀਂ ਸੀਗਾ ਮਾਣਾ ਤੇ ਰਾਈਡ ਰੂਈਡ ਕਰਤੀ ਸ਼ੁਰੂ ਇੱਥੇ ਹਾਂ ਕਰਤੀ ਵੀਰੇ ਉਹ ਆਪਣਾ ਮੁੰਡਾ ਜਿਹੜਾ ਸ਼ਾਮ ਦਾ ਉਹੀ ਆਪ ਹੀ ਬੈਠਣ ਲੱਗਾ ਕੋਈ ਆਪਾਂ ਚਾਲ ਚੂਲ ਵਾਲਾ ਉਹ ਨਹੀਂ ਕਰਾਇਆ ਸਿਸਟਮ ਬਸ ਬਹਿਣ ਲੱਗ ਗਿਆ ਸਾਊ ਬਹੁਤ ਸਾਊ ਆ ਉਹਦੇ ਨਾਲ ਤੇ ਉਹ ਵੀ ਬਾਲਾ ਯਾਰ ਉਹਦੇ ਨਾਲ ਨਾ ਕੋਈ ਹੈਗਾ ਇਹਦਾ ਤਲਕਾ ਤਾਂ ਹਾਂ ਬਹੁਤ ਜ਼ਿਆਦਾ ਉਹਦਾ ਪਿਆਰ ਆ ਉਹ ਸਾਨੂੰ ਮੈਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ ਉਹਦੇ ਕੋਲੇ ਮੁੰਡਾ ਹੋਇਆ 5 ਮਹੀਨੇ ਬਾਅਦ ਗਿਆ ਆਪਦਾ ਮੁੰਡਾ ਦੇਖਣ ਇਹਨੂੰ ਐ ਵੀ ਇਧਰੋਂ ਤਿਆਰੀ ਨਾ ਕੋਈ ਘੱਟ ਰਹੇ ਜੇ ਜਾਂ ਉਦੋਂ ਗਾਹਕ ਗੂਕ ਜੇ ਲੱਗੇ ਜਾਂਦੇ ਸੀ ਉਹਨੂੰ ਐਂ ਦੀ ਵੇਚ ਨਾ ਦੇਣ ਡਰਦਾ ਹੀ ਨਹੀਂ ਗਿਆ ਅੱਛਾ ਉਹ ਕਹਿੰਦਾ ਉਹ ਕਹਿੰਦਾ ਵੇਚਣਾ ਦੇਣਾ ਵੇਚਣਾ ਦੇਣਾ ਕਹਿੰਦਾ ਮੈਂ ਮੁੰਡਾ ਹੀ ਫੇਰ ਦੇਖਿਓ ਵੀ ਯਾਰ ਆ ਤਾਂ ਕਮਾਲ ਵਾਲੀ ਗੱਲ ਬਾਕੀ ਸੋਨੇ ਦੇਖਿਆ ਵੀਰੇ ਕਿਵੇਂ ਉਹਦੇ ਨਾਲ ਅਟੈਚਮੈਂਟ ਬਹੁਤ ਆ ਉਹਦੀ ਯਾਰ ਹੁਣ ਇੱਕ ਚੀਜ਼ ਨੂੰ ਯਾਦ ਜੇ ਆਪਾਂ ਫੀਲਿੰਗ ਤੌਰ ਤੇ ਸਮਝੀਏ ਚਲੋ ਮਹਾਰਾਜ ਹਰੇਕ ਨੂੰ ਦਾਤਾ ਨਾ ਵੀ ਖਰੀਦਣ ਜੋਗਾ ਕਰੇ ਪਰ ਜਿਹੜਾ ਇੱਕ ਮਜ਼ਦੂਰ ਬੰਦਾ ਹੈ ਨਾ ਉਹਨੂੰ ਇਹ ਪਤਾ ਹੈ ਵੀ ਮੈਥੋਂ ਕਦੇ ਵੀ ਘੋੜਾ ਖਰੀਦਿਆ ਨਹੀਂ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਤੇ ਉਹ ਤੇਰੇ ਘੋੜੇ ਤੇ ਹੀ ਮਾਣ ਕਰਦਾ ਹੈਨਾ ਤੇ ਜੇ ਇਹਨੂੰ ਆਪਾਂ ਭਾਵਕ ਪੱਖ ਤੋਂ ਇਮੋਸ਼ਨਲ ਪੱਖ ਤੋਂ ਦੇਖੀਏ ਹੈਨਾ ਬਿਲਕੁਲ ਤਾਂ ਇਹ ਬਹੁਤ ਵੱਡੀ ਗੱਲ ਹੈਨਾ ਤੇ ਇਹ ਗੱਲ ਨਾ ਮੇਰੇ ਸਾਹਮਣੇ ਇਹ ਕੋਈ ਪਹਿਲੀ ਵਾਰ ਨਹੀਂ ਆ ਕੇਸ ਇਹ ਦੂਸਰੀ ਵਾਰ ਆਇਆ ਮੋਰ ਮੁਕਟ ਘੋੜਾ ਉਹਨੂੰ ਉਹ ਜਿਹੜਾ ਉਹਦਾ ਨੌਕਰ ਸੀਗਾ ਜਿਹਦੇ ਕੋਲ ਪਹਿਲਾਂ ਸੀ ਮੋਰ ਮੁਕਟ ਘੋੜਾ ਤੇ ਉਹ ਬਾਲਾ ਐ ਸੀ ਰੱਖ ਲੋ ਤੇ ਉਹ ਕਹਿੰਦੇ ਵੀ ਸਾਨੂੰ ਲੋੜ ਨੀ ਉਹ ਕਹਿੰਦਾ ਵੀ ਨਹੀਂ ਲੋੜ ਤਾਂ ਮੈਂ ਫ੍ਰੀ ਰਹਿ ਪਊਂਗਾ ਤੇ ਪਰ ਮੈਂ ਘੋੜੇ ਤੋਂ ਬਿਨਾਂ ਨੀ ਰਹਿ ਸਕਦਾ ਵੀ ਮੈਂ ਹੀ ਸਾਂਭਿਆ ਫਿਰ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੋਈ ਉਹ ਕਹਿੰਦੇ ਨਹੀਂ ਪੁੱਤ ਫਿਰ ਫ੍ਰੀ ਤਾਂ ਕਿਉਂ ਕੰਮ ਕਰਾਉਣਾ ਸੀ ਤੇਥੋਂ ਤੇ ਤੂੰ ਆਪਦੀ ਪੂਰੀ ਤਨਖਾਹ ਲੈ ਅਸੀਂ ਇੱਕ ਦਿਨ ਅਸੀਂ ਤਾਂ ਦੋਨੇ ਗਏ ਹੋਏ ਸੀਗੇ ਮੈਂ ਤੇ ਸੁਪਿੰਦਰ ਜਿਵੇਂ ਟ੍ਰੇਲਰ ਬਣਵਾਇਆ ਜਦੋਂ ਆਪਣਾ ਜੀ ਬਾਈ ਸਕਚੈਨ ਹੋ ਰਹੀ ਸੀ ਤੇ ਸਮਝ ਲਓ ਵੀ ਉਹ ਦਿੱਬੇ ਕੇ ਗਿਆ ਸੀ ਘੋੜਾ ਸਾਈ ਮੋੜੀ ਹੈ ਬਾਅਦ ਚ ਤੇ ਉਹਨਾਂ ਨੂੰ ਪਾਣੀ ਵੀ ਨਹੀਂ ਪੁੱਛਿਆ ਬੰਦੇ ਆਪਣੇ ਬੰਦੇ ਨੇ ਹਾਂ ਮੇਰੀ ਜ਼ਮੀਨ ਵੇਚ ਦਿਓ ਹਾਂ ਉੱਥੇ ਇਹਨਾਂ ਦੇ ਬੋਰ ਬਾਰ ਨਹੀਂ ਹੈ ਨਾ ਰਾਜਸਥਾਨ ਜ਼ਮੀਨ ਹੈਗੀਆਂ ਨੇ ਕਹਿੰਦਾ ਤੁਹਾਨੂੰ ਮੈਂ ਪੈਸੇ ਦੇ ਦੇਣਾ ਪਰ ਘੋੜਾ ਲੋੜ ਹੈ ਮੇਰੀ ਘੋੜਾ ਨਾ ਵਿੱਚ ਐਡਾ ਦਿਲ ਐਡਾ ਇੰਨਾ ਪਿਆਰਾ ਆ ਲੈ ਬੰਦਾ ਘਰੇ ਵੀ ਸਿਰਫ ਘੋੜੇ ਕਰਕੇ ਜਿੱਥੇ ਘੋੜਾ ਜਾਊਗਾ ਮੈਂ ਨਾਲ ਹੀ ਜਾਊਂਗਾ ਤੁਹਾਡੇ ਨਾਲ ਮੇਰਾ ਕੋਈ ਵਾਸਤਾ ਨਹੀਂ ਮੇਰਾ ਤੇ ਇਹਦੇ ਨਾਲ ਹੀ ਆਇਓ ਮੇਰੇ ਨਾਲ ਕਿਤੇ ਤਨਖਾਹ ਨੂੰ ਗਿਆ 3 ਸਾਲ ਹੋ ਗਏ ਆਪਣੇ ਨਾਲ ਇਹਨੂੰ ਤੇ ਉਦੋਂ ਬੁਲਾਇਆ ਸੀ ਵੀ ਤਿਆਰ ਚੱਲ ਬੰਦਾ ਰਾਸਤਾ ਨਹੀਂ ਰੱਖਦੇ ਤਿਆਰ ਤੂਰ ਕਰ ਲੂ ਆਪਾਂ ਨੂੰ ਥੋੜਾ ਜਿਹਾ ਨੁਕਰ ਜਾਂਦਾ ਸੀ ਪਹਿਲਾਂ ਮਾਰਵਾੜੀ ਦਾ ਇੰਨਾ ਨਹੀਂ ਸੀ ਵੀ ਚੱਲ ਰੱਖਾਂਗੇ ਛੋਆਂ ਛਾਂ ਚ ਪਾਵਾਂਗੇ ਤੇ ਉਦੋਂ ਦਾ ਬਸ ਇਹ ਮੈਨੂੰ ਲੱਗਦਾ ਜੇ ਮਹੀਨੇ ਦੀ ਛੁੱਟੀ ਜਾਂਦਾ ਤਾਂ ਵੀ ਹਫ਼ਤੇ ਬਾਅਦ ਹੀ ਕਹਿ ਜਾਂਦਾ ਬਈ ਮੇਰੇ ਤਾਂ ਪਾਣੀ ਬਾਦਲ ਹੋ ਗਿਆ ਮੈਂ ਬਿਮਾਰ ਹਾਂ ਮੈਂ ਤਾਂ ਹਾਰੇ ਮੁੜੇ ਹੁੰਦਾ ਵੀ ਕਿਤੇ ਮਗਰੋਂ ਕੋਈ ਕੰਮ ਨਾ ਕਰਦਾ ਤੁਹਾਡੇ ਤੇ ਯਕੀਨ ਨਹੀਂ ਕਰਦਾ ਯਕੀਨ ਨਹੀਂ ਕਰਦਾ ਯਾਰ ਵੱਡੀ ਗੱਲ ਹੈ ਬਿਲਕੁਲ ਹਾਂ ਵੱਡੀ ਗੱਲ ਹੈ ਬਿਲਕੁਲ ਯਾਰ ਮੈਂ ਤਾਂ ਸਿਫਾਰਿਸ਼ ਕਰਦਾ ਯਾਰ ਤੁਸੀਂ ਵੇਚੋ ਨਹੀਂ ਵੇਚਣਾ ਨਹੀਂ ਮਾਲਕ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਨਹੀਂ ਨਹੀਂ ਨਾ 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 ਹਨਾ ਉਹਦਾ ਦਿਲ ਟੁੱਟ ਜੂ ਉਹਦੇ ਨਾਲ ਆਪਣੀ ਰਿਸ਼ਤੇਦਾਰੀ ਟੁੱਟ ਜੂ ਬੰਦੇ ਨਾਲ ਸਹੀ ਹੈ ਸਹੀ ਹੈ ਹੈ ਸਹੀ ਹੈ ਸਹੀ ਹੈ ਵੇਚਦੇ ਨੂੰ ਵੀਰੇ ਹਾਂ ਉਹ ਹੁਣ ਆਪਣਾ ਭਰਾ ਹੀ ਮੰਨੋ ਤੁਸੀਂ ਉਹ ਬੰਦੇ ਨੂੰ ਨਹੀਂ ਆਪਾਂ ਭਰਾਵਾਂ ਵਾਂਗੂ ਕਦੇ ਪਾਪਾ ਰੱਖੀ ਨਹੀਂ ਫਰਕ ਹੀ ਨਹੀਂ ਰੱਖਿਆ ਜਿਵੇਂ ਪੰਜੀਰੀ ਬਾਪੂ ਨੇ ਰਲਾ ਕੇ ਦਿੱਤੀ ਯਾਰ ਦੇ ਫਾਦਰ ਨੇ ਕਹਿੰਦੇ ਜੇ ਤੁਹਾਡੇ ਮਾਸ ਹੋਊਗਾ ਤਾਂ ਹੀ ਤੁਸੀਂ ਕੁਝ ਕਰੋਗੇ ਐਨ ਜਮਾ ਜੋ ਆਪ ਖਾਂਦੇ ਨੇ ਉਹੀ ਇਹਨੂੰ ਕੋਈ ਆਪਾਂ ਫਰਕ ਨਹੀਂ ਕਦੇ ਰੱਖਿਆ ਨਹੀਂ ਚੰਗੀ ਗੱਲ ਚੰਗੀ ਗੱਲ ਉਹੀ ਸਾਂਭਦਾ ਉਹੀ ਸਾਂਭ ਯਾਰ ਬਹੁਤ ਮੈਨੂੰ ਐਂ ਲੱਗਦਾ ਵੀ ਵੱਡੀ ਗੱਲ ਆ ਆਹ ਵੀਡੀਓ ਤੋਂ ਬਾਅਦ ਆਪਾਂ ਉਹਨੂੰ ਆਪਾਂ ਇਹਦਾ ਬਾਈ ਨਾ ਬਿਆਨ ਲੈ ਲਿਆ ਆਨਲਾਈਨ ਸਟਾਮ ਹੋ ਗਿਆ ਹੁਣ ਹੁਣ ਨਹੀਂ ਦੇਣ ਦਿੰਦੇ ਸਹੀ ਨਹੀਂ ਬਹੁਤ ਮਾਲਕ ਦੀ ਕਿਰਪਾ ਇਹ ਆਪ ਹੀ ਪੈਦਾ ਹੀ ਬਥੇਰਾ ਕੁਛ ਕਰ ਦਿੰਦਾ ਪੁਸ਼ਕਰ ਵੀ ਮੰਗਦੇ ਸੀਗੇ ਜੀ ਜਦੋਂ ਸ਼ੋਅ ਤੇ ਗਿਆ ਇਹ ਟੈਂਟ 'ਚ ਬੈਠੇ ਰਹੇ ਜੀ ਘੰਟਾ ਉਹ ਕਹਿੰਦਾ ਕਿ ਜੇ ਤੁਸੀਂ ਦੇਤਾ ਬਸ ਕਿ ਮੈਂ ਇੱਥੋਂ ਹੀ ਲੰਘ ਜੂੰਗਾ ਕਿ ਤੁਸੀਂ ਦੇਣਾ ਨਹੀਂ
हालांकि ना एक चीज मेरा निजी तौर ते तजर्बा दो दंद ਘੋੜੇ ਨੂੰ ਪਰਫਾਰਮ ਕਰਾਉਣਾ ਬਹੁਤ ਔਖਾ ਹੁੰਦਾ ਮੁੰਡਾ ਬਿਲਕੁਲ ਬਿਲਕੁਲ ਕੈਮਰੇ ਸਾਹਮਣੇ ਵੀ ਸ਼ੋਅ ਦੇ ਵਿੱਚ ਵੀ ਦੋ ਦੰਦ ਘੋੜਾ ਨਾ ਉਹਦੇ 'ਚ ਮੈਚੋਰਟੀ ਨਹੀਂ ਹੁੰਦੀ ਇੰਨੀ ਉਹ ਅਥਰਾ ਵੱਧ ਹੁੰਦਾ ਤੇ ਉਹਨੂੰ ਕੰਟਰੋਲ ਕਰਨਾ ਉਹਦੀ ਐਨਰਜੀ ਨੂੰ ਬਹੁਤ ਮੁਸ਼ਕਲ ਕੰਮ ਆ ਜਾਂ ਤਾਂ ਘੂਰਿਆ ਗਿਆ ਤਾਂ ਬਲੱਡ ਘਟਾ ਜੂਗਾ ਤੇ ਜੇ ਗੁੱਸੇ ਹੋ ਗਿਆ ਤਾਂ ਬਾਲਾ ਵਧਾ ਜੂ ਬਾਲਾ ਵਧਾ ਤੇ ਉਹਨੂੰ ਵਿਚਾਲੜੇ ਲੈਵਲ 'ਤੇ ਰੱਖਣਾ ਬਹੁਤ ਔਖਾ ਕੰਮ ਆ ਤੁਸੀਂ ਮੇਰੀ ਵੀਡੀਓ ਦੀ ਜਿਹੜੀ ਕੈਮਰਾ ਪਰਫਾਰਮੈਂਸ ਆ ਪ੍ਰੀਤ ਦੀ ਉਹ ਦੋ ਦੰਦ 'ਤੇ ਸਾਡੀ ਜਿਹੜੀ ਹੈਗੀ ਆ ਉਹ ਬਹੁਤ ਥੱਲੇ ਰਹਿੰਦੀ ਆ ਠੀਕ ਹੈ ਇੱਥੇ ਅਸੀਂ ਮਤਲਬ ਬਹੁਤ ਵਧੀਆ ਪਰਫਾਰਮੈਂਸ ਮੰਨਦੇ ਹਾਂ ਵੀ ਅਸੀਂ ਇਹਨੂੰ ਫਲਮਾ ਗਏ ਹਾਂ ਵੈਸੇ ਦੋ ਦੰਦ ਨੂੰ ਫਲਮਾਉਣਾ ਸਾਡੇ ਲਈ ਬਹੁਤ ਵੱਡਾ ਚੈਲੇਂਜ ਆ ਕੋਈ ਜਾਨਵਰ ਨੂੰ ਸਮਝ ਨਹੀਂ ਹੁੰਦੀ ਹਾਂ ਮਤਲਬ ਯਾਰ ਵੀਰੇ ਦੋ ਦੰਦ 'ਤੇ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਘੋੜਾ ਬਣਨ ਲਈ ਹਜੇ ਇਹਨੂੰ ਸਾਲ ਡੇਢ ਸਾਲ ਹਜੇ ਹੋਰ ਲੱਗੂਗਾ ਜਦੋਂ ਇਹ ਘੋੜਾ ਦਿਖਾਊਗਾ ਕਿ ਮੈਂ ਘੋੜਾ ਦੋ ਦੰਦ ਨੂੰ ਤਾਂ ਉਹੀ ਬੰਦਾ ਬਾਈ ਘੈਂਟ ਮੰਨਦਾ ਜਿਹਨੂੰ ਘੋੜੇ ਦੀ ਸਮਝ ਆ ਉਹਨੂੰ ਪਤਾ ਲੱਗਦਾ ਕਿ ਇਹਨੇ ਭਵਿੱਖ ਜਾ ਕੇ ਕੀ ਬਣ ਜਾਣਾ ਬਾਕੀ ਇਹਨੇ ਇੰਪਰੂਵਮੈਂਟ ਬਹੁਤ ਕਰੀ ਹੈ ਵੀਰੇ ਬਹੁਤ ਕਰੀ ਹੈ ਹਾਂ ਪਹਿਲਾਂ ਛੋਟਾ ਹੁੰਦਾ ਕੁਛ ਹੋਰ ਜੂ ਮੈਂ ਤੁਹਾਨੂੰ ਫੋਟੋ ਦਊ ਉਹਨਾਂ ਦੇ ਫਾਦਰ ਸਾਹਿਬ ਨਾਲ ਹੀ ਛੋਟੇ ਹੁੰਦੇ ਸੀ ਬਹੁਤ ਜ਼ਿਆਦਾ ਜਾਣੀ ਆਪਦੇ 'ਚ ਇਹਨੇ ਨਖਾ ਜਿਉਂ ਜਿਉਂ ਵੱਡਾ ਹੋਇਆ ਨਿਖਰ ਰਹੀ ਆ ਜਿਹੜੀ ਵੀ ਇੱਕ ਅੱਧਾ ਕੋਈ ਲੱਗਦਾ ਸੀ ਵੀ ਆਹ ਚੀਜ਼ ਘੱਟ ਆ ਯਾਰ ਉਹ ਵੀ ਇੰਪਰੂਵ ਕਰੀ ਜਾਂਦਾ ਹੌਲੀ ਹੌਲੀ ਯਾਰ ਇਹ 'ਚ ਤਾਂ ਸ਼ਰਧਾ ਰੱਖ ਲਓ ਤੇ ਸ਼ਰਧਾ ਰੱਖ ਕੇ ਇਹਦੇ ਤਾਂ ਸਾਹਮਣੇ ਕੁਛ ਮੰਗਣ ਲੱਗ ਜਾਓ ਹਾਂ ਬਈ ਦੇਵਤੇ ਆਹ ਮਾੜਾ ਜਿਹਾ ਐਂ ਜੇ ਕਰ ਲਾ ਤੇ ਇਹ ਉਵੇਂ ਕਰ ਲਾਂਦੇ ਇਹਨਾਂ ਨੂੰ ਤਾਂ ਤੁਸੀਂ ਐਂ ਕਹਿਣ ਲੱਗ ਜਾਓ ਨਾ ਵੀ ਕਿਸੇ ਦੀ ਸ਼ਰਧਾ ਹੀ ਇੰਨੀ ਹੋਵੇ ਵੀ ਤੂੰ ਗਰਦਨ ਇਦੂ ਅੱਧੀ ਗੱਠ ਲੰਬੀ ਕਰ ਲਾ ਤਾਂ ਇਹ ਅਗਲੇ ਸਾਲ ਨੂੰ ਗਰਦਨ ਵੀ ਲੰਬੀ ਕਰ ਜਾਂਦੇ ਆ ਬਿਲਕੁਲ ਬਿਲਕੁਲ ਵੀ ਇਹ ਤਾਂ ਇਹਦੇ ਇਹ 'ਚ ਤਾਂ ਭਾਵਨਾ ਹੀ ਤੁਸੀਂ ਜੇ ਯਾਰ ਦੇਖ ਮੈਨੂੰ ਐਂ ਲੱਗਦਾ ਵੀ ਇੱਕ ਹੈਗੀ ਆ ਰੀਸ ਹਾਂ ਇੱਕ ਹੈਗਾ ਸ਼ੌਂਕ ਇੱਕ ਹੈਗੀ ਸ਼ਰਧਾ ਸ਼ਰਧਾ ਘੋੜੇ 'ਚ ਨੈਕਸਟ ਲੈਵਲ ਆ ਨੈਕਸਟ ਲੈਵਲ ਆ ਸਾਂਭਣ ਦਾ ਜਿਵੇਂ ਆਪਣੇ ਬੰਦੇ ਨੂੰ ਸ਼ਰਧਾ ਬੰਦੇ ਨੂੰ ਸ਼ਰਧਾ ਠੀਕ ਹੈ ਕਿ ਨਹੀਂ ਤੇ ਜਿਹੜਾ ਸ਼ਰਧਾ ਵਾਲਾ ਏ ਉਹ ਤਾਂ ਨਾ ਵੀ ਉਹਦੇ ਤਾਂ ਡਰੰਮ 'ਚੋਂ ਦਾਣੇ ਵੀ ਨਹੀਂ ਮੁੱਕਦੇ ਉਹਦੇ ਜੇਬ 'ਚੋਂ ਪੈਸੇ ਵੀ ਨਹੀਂ ਮੁੱਕਦੇ ਉਹਦਾ ਸਾਰਾ ਕੁਛ ਹੀ ਆ ਹੈ ਨਾ ਤੇ ਜਿਹੜਾ ਮਤਲਬ ਸਾਰਿਆਂ ਨੂੰ ਥੱਲੜਾ ਆ ਜਾਂਦਾ ਉਹ ਆ ਜਾਂਦਾ ਲਾਲਚ ਵਾਲਾ ਲਾਲਚ ਵਾਲਾ ਠੀਕ ਆ ਨਾ ਵੀ ਮੈਂ ਆਮ ਤੌਰ 'ਤੇ ਇਹਨੂੰ ਚਾਰ ਭਾਗਾਂ 'ਚ ਹੀ ਵੰਡਦਾ ਹੁੰਦਾ ਬਈ ਪਹਿਲਾਂ ਲਾਲਚੀ ਆ ਜਾਂਦੇ ਆ ਫਿਰ ਰੀਸ ਵਾਲੇ ਆ ਜਾਂਦੇ ਆ ਫਿਰ ਸ਼ੌਂਕ ਵਾਲੇ ਆ ਜਾਂਦੇ ਫਿਰ ਸ਼ਰਧਾ ਵਾਲੇ ਜਿਹੜਾ ਸ਼ਰਧਾ ਵਾਲਿਆਂ ਦਾ ਉਹਨਾਂ ਦਾ ਤਾਂ ਲੈਵਲ ਹੀ ਨੈਕਸਟ ਲੈਵਲ ਹੀ ਆ ਮਤਲਬ ਉਹ ਘੋੜੇ ਤੋਂ ਕੁਛ ਵੀ ਕਰਾ ਲੈਂਦੇ ਆ ਅਤੇ ਕੁਛ ਵੀ ਪੈਦਾ ਕਰ ਲੈਂਦੇ ਆ ਹੈ ਨਾ ਬਈ ਪਰ ਨਜਾਇਜ਼ ਜ਼ਿਆਦਾ ਬਿਆਨ ਨਹੀਂ ਕਰ ਸਕਦੇ ਇੰਨਾ ਕੁਛ ਦਿੱਤਾ ਘੋੜੀਆਂ ਨੇ ਆਪਾਂ ਨੂੰ ਤਾਂ 2009 ਤੋਂ ਲੱਗੇ ਹੋਏ ਜੇ ਊਂ ਦੇਖੀਏ ਪੈਸੇ ਤੋਂ ਤਾਂ ਸਮਝ ਲਓ ਵੀ ਨੋ ਲੋਸ ਨੋ ਪ੍ਰੋਫਿਟ ਆ ਪਰ ਊਂ ਇੰਨਾ ਕੁਛ ਦੇਤਾ ਵੀ ਸੋਚ ਵੀ ਨਹੀਂ ਸਕਦੇ ਹਾਂ ਜੇ ਜੇ ਤਾਂ ਤੁਸੀਂ ਉਹੀ ਨਫ਼ਾ ਅਤੇ ਵਫਾ ਵਾਲੀ ਗੱਲ ਆ ਵੀ ਨਫ਼ੇ ਮਨੀਮ ਬਣ ਕੇ ਬੈਠ ਜਾਓਗੇ ਤਾਂ ਫਿਰ ਨਹੀਂ ਕੁਛ ਬਚਦਾ ਟੱਕਾ ਨਹੀਂ ਬਚਦਾ ਮਤਲਬ ਯਾਰ ਮੈਂ ਨਾ ਇੱਕ ਗੱਲ ਤੇਰੇ ਇੱਥੇ ਸੱਚੀ ਕਹਿਣੀ ਚਾਹੁੰਦਾ ਵੀ ਬਹੁਤ ਵਾਰ ਇੱਕ ਦੁਨੀਆਂ ਦੇ ਵਿੱਚ ਇੱਕ ਨਾ ਭੁਲੇਖਾ ਬਣਿਆ ਹੋਇਆ ਉਹ ਕਰੋੜਾਂ ਵਾਲਾ ਉਹ ਕੋਈ ਗੇਮ ਗੁੰਮ ਨਹੀਂ ਗੀ ਸਭ ਝੂਠਾ ਝੂਠਾ ਵੀ ਜਿਹੜਾ ਐਵੇਂ ਕਰੀ ਜਾਂਦੇ ਆ ਵੀ ਘੋੜਿਆਂ ਵਾਲੇ ਕਰੋੜਾਂ ਵੱਟੀ ਜਾਂਦੇ ਆ ਇਹਨਾਂ ਦੀਆਂ ਜੇਬਾਂ ਸਾਰੀਆਂ ਪੈਸਿਆਂ ਨਾਲ ਭਰੀਆਂ ਹੋਈਆਂ ਉਹ ਮੈਨੂੰ ਲੱਗਦਾ ਵੀ ਝੂਠਾ ਜਿਹੜੇ ਵੀ ਬੰਦਾ ਮੈਂ ਕਹਿੰਦਾ ਵੀ ਜਿਹੜਾ ਵੀ ਬੰਦਾ ਕਹਿੰਦਾ ਨਾ ਵੀ ਮੈਂ ਕਰੋੜਾਂ ਵੱਟਦਾ ਮੈਂ ਕਹਿੰਦਾ ਮੇਰੇ ਨਾਲ ਬਹਿ ਕੇ ਹਿਸਾਬ ਕਰੇ ਕਿੰਨੇ ਮਰੇ ਕਿੰਨੇ ਉਹਨੇ 15-15 ਹਜ਼ਾਰ ਦੇ ਵੇਚੇ ਹਨਾ ਕਿੰਨੀਆਂ ਖਾਲੀ ਗਈਆਂ ਕਿੰਨੇ ਭੁੰਡੇ ਦੇ ਤੇਲ ਮੱਚੇ ਕਿੰਨਾ ਦਾਣਾ ਪਿਆ ਕਿੰਨੇ ਖਰੀਦੇ ਮੈਂ ਕਰੂੰਗਾ ਹਿਸਾਬ ਉਹਦੇ ਨਾਲ ਸਾਲ ਦਾ ਤੇ ਸਾਲ ਬਾਅਦ ਉਹਦੇ 40 ਘੋੜਿਆਂ ਮਗਰ ਤੇ ਉਹ 40 ਲੱਖ ਰੁਪਈਆ ਬਚਤ ਦਿਖਾ ਗਿਆ ਆਪਾਂ ਮੰਨਦੇ ਹਾਂ ਵੀ ਬਹੁਤ ਬਚਤ ਜੇ 40 ਘੋੜਿਆਂ ਮਗਰ ਨਾ ਕਿਸੇ ਬੰਦੇ ਤੋਂ 5 ਲੱਖ ਹੀ ਬਚਤ ਦਿਖਾਈ ਗਈ ਤਾਂ ਫਿਰ ਠੇਡਿਆਂ ਦਾ ਮੁੱਲ ਨਹੀਂ ਮੁੜਿਆ ਉਦੋਂ ਵਾਲੇ ਤਾਂ ਉਹਨੇ ਸੀਰੀਆਂ ਨੂੰ ਦੇਤੇ ਬਿਲਕੁਲ ਠੀਕ ਆ ਨਾ ਘੋੜੇ ਵਾਲੇ ਨੂੰ ਨਫ਼ੇ ਬਿਜ਼ਨਸ ਤੌਰ 'ਤੇ ਸੱਚੀ ਉਹਦੇ ਨਾਲ ਰਲੇ ਵੇ ਸੀਰੀ ਨਾਲੋਂ ਪੈਸੇ ਵੱਧ ਨਹੀਂ ਬਚਦੇ ਨਹੀਂ ਬਚਦੇ ਬਿਲਕੁਲ ਪਰ ਇਹਨੂੰ ਬਸ ਬਸ ਆਹ ਹੀ ਬਚਦਾ ਜਿਹੜੀ ਆਹ ਬੈਠੇ ਆ ਬੈਠੇ ਹੈ ਨਾ ਬਿਲਕੁਲ ਤੇ ਸਰਕਲ ਘੋੜਿਆਂ ਵਾਲਿਆਂ ਨੂੰ ਅਮੀਰ ਤਾਂ ਮੰਨਿਆ ਜਾਂਦਾ ਵੀ ਕੋਲੇ ਨਹੀਂ ਕੁਛ ਹੁੰਦਾ
ਪਰ ਇੰਨਿਆਂ ਬੰਦਿਆਂ ਤੋਂ ਜੇ ਮੰਗਣੇ ਹੋਣ ਤਾਂ 20 ਲੱਖ ਰੁਪਈਆ ਐਟ ਏ ਟਾਈਮ ਇਕੱਠਾ ਇਕੱਠਾ ਹੋ ਜਾਣਾ ਸਹੀ ਗੱਲ ਹਨਾ ਬਿਲਕੁਲ ਵੀ ਉਹਨਾਂ ਦੇ ਯਾਰ ਉਸ ਤਰ੍ਹਾਂ ਦੇ ਬਣ ਜਾਂਦੇ ਆ ਮੈਨੂੰ ਐਂ ਲੱਗਦਾ ਬਿਲਕੁਲ ਵੀ ਊਂ ਕੋਈ ਬਹੁਤ ਪ੍ਰੋਫਿਟੇਬਲ ਬਿਜ਼ਨਸ ਨੀਗਾ ਪਰ ਜੇ ਤੁਸੀਂ ਪ੍ਰੋਫਿਟੇਬਲ ਬਿਜ਼ਨਸ ਕਰਦੇ ਆ ਤਾਂ ਫਿਰ ਤੁਹਾਨੂੰ ਘੋੜਾ ਜ਼ਰੂਰ ਲੈਣਾ ਚਾਹੀਦਾ ਲੈਣਾ ਚਾਹੀਦਾ ਹਾਂ ਕਾਰੋਬਾਰ ਵਾਲਾ ਵੱਡਾ ਕਰਦੇ ਆ ਤੇ ਬੰਦਾ ਬੰਦਾ ਮਹਿਸੂਸ ਕਰਨਾ ਹਟ ਜਾਂਦਾ ਬਿਲਕੁਲ ਬਿਲਕੁਲ ਆਪਦੇ ਆਪ ਸਹੀ ਆ ਵੀ ਮੈਂ ਇਹ ਸਮਝਦਾ ਨੀ ਤੇ ਪਰ ਮੈਨੂੰ ਚਵੇਂ ਕੈਮਰੇ ਤੇ ਇਹ ਗੱਲ ਕਹਿਣ ਦੀ ਸੰਗ ਨੀ ਹੋ ਸਕਦਾ ਵੀ ਕਈ ਬੰਦੇ ਸੋਚਣਗੇ ਕਿ ਇਹਦੇ ਨਾਲ ਤਾਂ ਜੀ ਤੁਹਾਡਾ ਕਾਰੋਬਾਰ ਘੱਟ ਜਾਊਗਾ ਕੋਈ ਗੱਲ ਨੀ ਯਾਰ ਘੱਟ ਜੇ ਪਰ ਝੂਠ ਮਾਰ ਕੇ ਥੋੜੋ ਕਿਸੇ ਦਾ ਜਵਾਕ ਦੇ ਕਿੱਲਾ ਪਕਾ ਕੇ ਲੈ ਕੇ ਆਉਣਾ ਇੱਧਰ ਹਨਾ ਬਾਈ ਬਿਲਕੁਲ ਉਹ ਕਰੋੜਾਂ ਜਿਹਾਂ ਵਾਲੀ ਬਾਈ ਨਾ ਦਿਖਾ ਕੇ ਨਾ ਗੇਮ ਉਹ ਅਗਲਾ ਪਿਓ ਨੂੰ ਇਹ ਇਹ ਗੇਮ ਜੀ ਪਤਾ ਕਿਵੇਂ ਬਣਦੀ ਯਾਦ ਹੁਣ ਗੱਲਾਂ ਚੱਲ ਪਈਆਂ ਉਹ ਘੋੜਾ ਤਾਂ ਆਪਾਂ ਬਥੇਰਾ ਦਿਖਾ ਲਿਆ ਦਿਸੀ ਜਾਂਦਾ ਗੱਲਾਂ ਉਹਦਾ ਕਿਵੇਂ ਬਣਦੀਆਂ ਮੇਰੇ ਅਰਗਾ ਨਾ ਜੋ ਘੋੜੀ ਲਿਆਉਂਦਾ ਉਹਨੂੰ ਪਿੰਡ 'ਚ ਹੁੰਦੀਆਂ ਟਿੱਚਰਾਂ ਟਿੱਚਰਾਂ ਹੁੰਦੀਆਂ ਉਹ ਦੁਖੀ ਹੁੰਦਾ ਟਿੱਚਰਾਂ ਉਹ ਜਦੋਂ ਫਿਰ ਨਾ ਮਾੜਾ ਚੰਗਾ ਜਿਹਾ ਬੱਚਾ ਜਿਹਾ ਪੈਦਾ ਕਰਦਾ ਵੇਚ ਤਾਂ ਪੜਦੇ ਨਾ ਮੇਰੇ ਵਰਗਾ ਭਾਵੇਂ ਦੇ ਦੇ 40,000 ਦਾ ਫਿਰ ਉਹ ਪੁੱਤ ਜਿਹੜੀ ਪੋਸਟ ਪਾਉਂਦਾ ਨਾ ਉਹ ਸਾਰੇ ਪਿੰਡ ਦੇ ਪੈਰ ਖੇਡਦਾ ਬੰਦਾ ਕੰਗ੍ਰੈਚੁਲੇਸ਼ਨ ਯਾਦ ਗਰੇਵਾਲ ਬਿਗ ਡੀਲ ਸਹੀ ਆ ਬਲਾਸਟ 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 ਫਿਰ ਉਹ ਜੇ ਕੋਈ ਬੰਦਾ ਇਹ ਸੋਚ ਕੇ ਕਿੱਲਾ ਵੇਚਣਾ ਚਾਹੁੰਦਾ ਨਾ ਬਈ ਉਹ ਬਿਗ ਡੀਲ ਲਿਖਣੀ ਆ ਹਨਾ ਵੀਰੇ ਦੇਖੋ 1,000 ਬੱਚਾ ਪੈਦਾ ਹੁੰਦਾ 1,000 ਚੋਂ ਇੱਕ ਚੰਗਾ ਪੈਦਾ ਹੁੰਦਾ ਤੇ 1,000 ਚੰਗੇ ਚੋਂ ਇੱਕ ਮਹਿੰਗੇ ਭਾਅ ਵਿਕਦਾ ਉਹਦੀ ਇਹ ਰੇਸ਼ੋ ਨੂੰ ਤੁਸੀਂ ਗੁਣਾ ਕਰੋ ਤਾਂ ਉਹ 4-5 ਲੱਖ ਘੋੜੇ ਮਗਰ ਇੱਕ ਬਣਦਾ ਤੇ ਉਹ ਬਿਲਕੁਲ ਜਿਵੇਂ ਉਹ ਕਰੋੜਪਤੀ ਵਾਲੀ ਲਾਟਰੀ ਆ ਉਹ ਬਿਲਕੁਲ ਉਸੇ ਤਰ੍ਹਾਂ ਦਾ ਟੋਕਨ ਆ ਬਿਲਕੁਲ ਠੀਕ ਹੈ ਕਿ ਨਹੀਂ ਭਾਈ ਸਾਰਾ ਮੁਲਕ ਜਾਂਦਾ ਲਾਟਰੀਆਂ ਨਿਕਲਦੀ ਨਿਕਲਦੀ ਇੱਕ ਉਹ ਐਵੇਂ ਆ ਗੇਮ ਪਰ ਤੁਸੀਂ ਲਾਟਰੀ ਨੂੰ ਧੰਦਾ ਨਹੀਂ ਮੰਨ ਸਕਦੇ ਜੂਆ ਨੀ ਕਹਿ ਸਕਦੇ ਫਿਰ ਵੀ ਭਾਵੇਂ ਹੈ ਜੂਏ ਵਰਗੀ ਗੇਮ ਪਰ ਫਿਰ ਵੀ ਜੂਆ ਤਾਂ ਨੀ ਕਹਿ ਸਕਦੇ ਕਿਉਂਕਿ ਰੱਬ ਦੀ ਭਗਤੀ ਜੂਆ ਨੀ ਹੁੰਦੀ ਇਹ ਕੁਦਰਤ ਦੀ ਭਗਤੀ ਆ ਹਨਾ ਵੀ ਇਹਦੇ ਚ ਬਹੁਤ ਕੁਛ ਬਚ ਜਾਂਦਾ ਜਿਵੇਂ ਹੁਣ ਮੰਨ ਲਓ ਮੇਰੀ ਕਾਲੀ ਮਰ ਗਈ ਤਾਂ ਵੇਖਣ ਵਾਲੇ ਨੂੰ ਤਾਂ ਹੀ ਲੱਗਦਾ ਕਿ 40,000 ਦੀ ਲਈ ਸੀ ਤੇ ਮਿੱਟੀ 'ਚ ਦੱਬਤੀ ਪਰ ਮੈਨੂੰ ਪਤਾ ਵੀ ਉਹ ਕੀ ਸੀ ਬਈ ਉਹਨੂੰ ਮੇਰੇ ਤੋਂ ਅਲੱਗ ਕਰਨ ਲਈ ਮੌਤ ਨੂੰ ਦੁਬਾਰਾ ਮੇਰੇ ਕੋਲ ਆਉਣਾ ਪਊ ਤਾਂ ਫਿਰ ਅਲੱਗ ਹੋਊਗੀ ਤੇ ਹਜੇ ਉਹ ਅਲੱਗ ਨਹੀਂ ਹੋਈ ਉਹ ਉਹ ਚੀਜ਼ ਦਾ ਮੈਨੂੰ ਪਤਾ ਹਨਾ ਅਟੈਚਮੈਂਟ ਹੋ ਜਾਂਦੀ ਹੈ ਅਟੈਚਮੈਂਟ ਹੋ ਜਾਂਦੀ ਹੈ ਨਾ ਬਾਈ ਵੀ ਉਹ ਉਹ ਉਵੇਂ ਉਸ ਲੈਵਲ 'ਤੇ ਦੇਖੀਏ ਜੇ ਮੁਹੱਬਤ ਵਾਲੇ ਲੈਵਲ 'ਤੇ ਦੇਖੀਏ ਤਾਂ ਫਿਰ ਬਹੁਤ ਕੁਛ ਬਚਿਆ ਹਨਾ ਉਵੇਂ ਤਾਂ ਜੇ ਗੱਲ ਕਰੀਏ ਤਾਂ ਮਾਂ ਪਿਓ ਨੂੰ ਵੀ ਸਾਡੇ 'ਚੋਂ ਕੁਛ ਨਹੀਂ ਬਚਿਆ ਟੈਨਸ਼ਨਾਂ ਹੀ ਹੋਈਆਂ ਉਹਨੂੰ ਪੈਦਾ ਕਰਕੇ ਕੋਈ ਕਹਿੰਦੇ ਬਾਪੂ ਨੇ ਕੋਈ ਬਚਾ ਲਿਆ ਆਪਣੇ 'ਚੋਂ ਉਵੇਂ ਤਾਂ ਹਨਾ ਜੇ ਆਪਾਂ ਮਨੀਮੀ ਕਰੀਏ ਵੀ ਬਾਪੂ ਤੇਰੇ ਬਾਪੂ ਨਾਲ ਹਿਸਾਬ ਕਰੀਏ ਬਾਪੂ ਤੈਨੂੰ ਕੀ ਫਾਇਦਾ ਹੋਇਆ ਸਹੀ ਗੱਲ ਇਹਨੂੰ ਪਾਲ ਕੇ ਤਾਂ ਬਾਪੂ ਕਹੂਗਾ ਨਹੀਂ ਹਜੇ ਤਾਂ ਖਾਧਾ ਹੀ ਆ ਰਿਹਾ ਹਨਾ ਪਰ ਹਾਂ ਉਹਦਾ ਮੁੜਦਾ ਸਾਰਾ ਕੁਝ ਦਿੱਤਾ ਉਦੋਂ ਆ ਜਦੋਂ ਤੁਸੀਂ ਆ ਕੇ ਪੁੱਛ ਲੈਣੇ ਵੀ ਬਾਪੂ ਕੀ ਹਾਲ ਆ ਕੀ ਹਾਲ ਆ ਹਨਾ ਤੇ ਇਹ ਵੀ ਇਹਨਾਂ ਚੋਂ ਮੁੜਦਾ ਉਦੋਂ ਆ ਵੀ ਜਦੋਂ ਯਾਦ ਵੜਦਾ ਫਾਰਮ 'ਚ ਤੇ ਹਣਕ ਪੈਂਦਾ ਹਨਾ ਬਾਈ ਮਾਲਕ ਦੀ ਕਿਰਪਾ ਨਾਲ ਯਾਰ ਬਹੁਤ ਸੋਹਣਾ ਇੱਕ ਫੀਸ ਜਾਇਜ਼ ਰੱਖੀ ਵਧੀਆ ਗੱਲ ਇੱਕ ਬਾਈ ਤੇਰੇ ਕੋਲੇ ਸਾਡੇ ਬਸ਼ੇਰੇ ਦਾ ਭਰਾ ਹੈ ਹੈ ਉਸ ਹਿਸਾਬ ਨਾਲ ਆਪਾਂ ਰਿਸ਼ਤੇਦਾਰ ਬਣ ਗਏ ਹਾਂ ਤੇ ਸਾਨੂੰ ਇੱਕ ਗੱਲ ਦੀ ਹੋਰ ਵੀ ਉਮੀਦ ਹੋ ਗਈ ਅੱਜ ਸਾਨੂੰ ਚਾਅ ਬਹੁਤ ਸੀਗਾ ਵੀ ਅਸੀਂ ਪਿਛੋਰੇ ਦਾ ਭਰਾ ਦੇਖਣ ਚੱਲੇ ਹਾਂ ਕਿਹੋ ਜਿਹਾ ਬਣ ਗਿਆ ਤਾਂ ਉਹਦੇ ਨਾਲ ਹੁਣ ਜਿਵੇਂ ਮੈਂ ਆਪਦੀ ਐਡ ਕਰੀ ਜਾਂਦਾ ਅਸਲ ਦੇ ਵਿੱਚ ਆਹ ਤੇਰੇ ਪੈਸਿਆਂ 'ਚੋਂ ਬਾਹਰ ਹੋ ਗਈ ਹਨਾ ਤੇ ਉਹ ਮੈਨੂੰ ਐਂ ਜਿਹਾ ਲੱਗਿਆ ਵੀ ਆਹੇ ਜਿਹਾ ਬਣ ਜੂਗਾ ਵਧੀਆ ਬਣ ਜੂ ਬਹੁਤ ਸੋਹਣਾ ਵੀਰੇ ਬਹੁਤ ਸੋਹਣਾ ਬਸ ਠੀਕ ਆ ਜਿਉਂਦੇ ਰਹੋ ਆਹ ਆਪਾਂ ਪੈਸੇ ਘੱਟ ਕਰ ਦੇਣੇ ਆ ਇਹਨਾਂ ਦੇ ਚੰਗੋ ਆਹ ਆਪਾਂ ਆਪਦੀ ਕਰਾ ਲਈ ਇੰਨਾ ਸੋਹਣਾ ਤਾਂ ਹੈ ਨਹੀਂ ਸੀਗਾ ਇਹ ਛੋਟਾ ਹੁੰਦਾ ਉਹਦਾ ਹੁਣੀ ਬੜਾ ਸੋਹਣਾ ਨਿੱਖਰਦੇ ਬਹੁਤ ਨੇ ਬੱਚੇ ਉਹ ਹੁਣੀ ਬਹੁਤ ਸੋਹਣਾ
ਨਹੀਂ ਸੋਹਣਾ ਹਾਂ ਉਹ ਬੱਚਾ ਸੱਚੀ ਹਾਂ ਬਹੁਤ ਸੋਹਣਾ ਜਿਵੇਂ ਮੈਂ ਪੋਰਸ ਨੂੰ ਟਟੂਆ ਕਹਿੰਦਾ ਸੀ ਨਾ ਉਹਨੂੰ ਕਹਿਣ ਨੂੰ ਦਿਲ ਨਹੀਂ ਕਰਦਾ ਹਾਂ ਦੇਖਿਆ ਜੀ ਤੁਸੀਂ ਕਿਹਾ ਨਹੀਂ ਉਹਨੂੰ ਕਹਿਣ ਨੂੰ ਦਿਲ ਨਹੀਂ ਕਰਦਾ ਉਹ ਸੱਚੀ ਨਹੀਂ ਕਹਿਣ ਨੂੰ ਉਹਨੂੰ ਮੈਂ ਕਹਿੰਦਾ ਸੀ ਹਾਂ ਤੇ ਇਹਨੂੰ ਕਹਿਣ ਨੂੰ ਨਹੀਂ ਦਿਲ ਕਰਦਾ ਵੀ ਉਹ ਉਵੇਂ ਜੇ ਉਹਦੀ ਜਿਹੜੀ ਨਾ ਮਤਲਬ ਹੈਗੀ ਆ ਉਹਦੇ 'ਚ ਕੁਛ ਮੈਨੂੰ ਲੱਗਦਾ ਹੁੰਦਾ ਵੀ ਕੁਛ ਕਰੂਗਾ ਹੈਲਤ ਕਰੂਗਾ ਉਹ ਪੈਦਾ ਹੋਣ ਵੇਲੇ ਵੀ 20 ਦਿਨ ਵੱਧ ਲੈ ਗਿਆ ਆਪਦੀ ਮਾਂ ਤੋਂ ਤੇ ਵੱਡਾ ਵੀ ਸੀਗਾ ਪੈਦਾ ਹੋਣ ਵੇਲੇ ਤੇ ਮਾਂ ਦਾ ਪੇਟ ਵੀ ਵੱਡਾ ਸੀਗਾ ਜਦੋਂ ਪੈਦਾ ਹੋਣ ਵੇਲੇ ਮੈਂ ਤਾਂ ਮਿਣਦਾ ਹੁੰਦਾ ਪੋਰਸ ਜਦੋਂ ਪੈਦਾ ਹੋਇਆ ਤਾਂ ਇੱਕ ਦਿਨ ਪਹਿਲਾਂ ਪੇਟ ਮਿਣਿਆ ਸੀ ਤੇ ਉਹ ਰੱਸੀ ਬੰਨ ਕੇ ਮੈਂ ਰੱਖ ਲਈ ਠੀਕ ਹੈ ਵੀ ਆਹ ਸਾਰਾ ਲਾਸਟ ਸੀਗਾ ਉਹਦਾ ਮੈਜਰਮੈਂਟ ਫਿਰ ਜਿੱਦੇ ਇਹ ਦੁੱਧ ਸਿੱਟਦੀ ਸੀ ਤਾਂ ਇਹਦੀ ਰੱਸੀ ਮਿਣੀ ਫਿਰ ਰੱਸੀ ਨਾਲ ਰੱਸੀ ਮਲਾਈ ਉਹ ਸੀਗੀ ਵੱਡੀ 5-5.5 ਇੰਚ ਉਹਦੇ ਨਾਲ ਫਿਰ ਮੈਂ ਥਾਪੀ ਮਾਰੀ ਮੈਂ ਕੋਈ ਗੱਲ ਨਹੀਂ ਦਵੇ ਹੋਣਾ ਫਿਰ ਜਦੋਂ ਅਸੀਂ ਜਾਂਦੇ ਸੀਗੇ ਉਧਰ ਨੂੰ ਆਪਾਂ ਜੋਧਪੁਰ ਨੂੰ ਫੋਟੋ ਆ ਗਈਆਂ ਭੇਜੀਆਂ ਸਿੱਧਰ ਆਇਆ ਮੈਨੂੰ ਵੀ ਮਾੜਾ ਹੀ ਆ ਪਰ ਆਪਾਂ ਪ੍ਰਚਾਰ ਪ੍ਰਚੂਰ ਕਰਕੇ ਆਪਾਂ ਕਰ ਲਾਂਗੇ ਉਹ ਨਿਕਲ ਗਿਆ ਮੈਂ ਇਹਨੂੰ ਆਖਿਆ ਮੈਂ ਕਿਹਾ ਦਾਵ ਨਾ ਆਪਾਂ ਨਾ ਆਪਣਾ ਪ੍ਰਚਾਰ ਗੰਦਾ ਮੈਂ ਕਿਹਾ ਆਪਾਂ ਇਹ ਇਹ ਇਹਦੇ ਇਹ ਗੋਡਲ ਜਿਹਦੇ ਹੀ ਫਾਇਦੇ ਗਣਾਈ ਜਾਣੇ ਤੇ ਮੈਂ ਕਿਹਾ ਆਪਾਂ ਕਰ ਲਾਂਗੇ ਬੱਤ 'ਚ ਕੋਈ ਨਾ ਕੰਮ ਮੈਂ ਇਹਨੂੰ ਆਇਆ ਹੁਣ ਸਲਾਹ ਸਲਾਹ ਦੇਈ ਗਿਆ ਤੇ ਇਹ ਮੈਨੂੰ ਕਹਿੰਦਾ ਨਹੀਂ ਐਡੇ ਲੋਕ ਬੁੱਧੂ ਨਹੀਂ ਗੇ ਵੀ ਜੇ ਤੂੰ ਗਲਤ ਨੂੰ ਸਹੀ ਕਮੇਗਾ ਤਾਂ ਲੋਕ ਮੰਨ ਲੈਣਗੇ ਪਰ ਉਹ ਸੂਤ ਹੋ ਗਿਆ ਕੰਮ ਸੂਤ ਹੋ ਗਿਆ ਬਹੁਤ ਸੋਹਣਾ ਬਣ ਗਿਆ ਕੁਦਰਤੀ ਸੂਤ ਆ ਗਿਆ ਸ਼ੁਕਰ ਆ ਮਾਲਕ ਦਾ ਹੈ ਨਾ ਬਾਈ ਬਹੁਤ ਚੰਗਾ ਲੱਗਿਆ ਬਾਈ ਤੇ ਮੈਨੂੰ ਐਂ ਦੱਸੋ ਪਹਿਲੇ ਮਿੰਟ ਤੋਂ ਬਾਅਦ ਹੁਣ ਤੱਕ ਤੁਹਾਨੂੰ ਚੇਤੇ ਵੀ ਆਪਾਂ ਧੁੱਪੇ ਬੈਠੇ ਨਾ ਜਿਵੇਂ ਭੁੱਲ ਗਏ ਸੀ ਨਾ ਬਿਲਕੁਲ ਇਹ ਗੱਲਾਂ ਘੋੜਿਆਂ ਦੀਆਂ ਇਹੋ ਜਿਹੀ ਹੈ ਨਾ ਬਿਲਕੁਲ ਤੇ ਮੈਨੂੰ ਪਤਾ ਵੀ ਜੇ 20 ਮਿੰਟ ਆਪਾਂ ਹੋਰ ਵੀ ਝੁੱਟੀ ਲਾ ਲੈਂਦੇ ਨਹੀਂ ਪਤਾ ਲੱਗਣਾ ਹੈ ਸਹੀ ਆ ਇਹ ਤਾਂ ਕਹਿੰਦੇ ਜੇਲ੍ਹ 'ਚ ਬੰਦੇ ਉੱਠ ਗਏ ਤੇ ਕਹਿੰਦੇ ਜੇਲ੍ਹ 'ਚ ਬੰਦੇ ਘੋੜਿਆਂ ਦੀ ਗੱਲ ਕਰਨ ਲੱਗੇ ਤੇ ਜੇਲਰ ਆਇਆ ਤੇ ਉਹ ਕਹਿੰਦਾ ਵੀ ਚਲੋ ਬਈ ਤੁਹਾਡੀ ਸਜ਼ਾ ਖਤਮ ਹੋ ਗਈ ਉਹ ਕਹਿੰਦਾ ਯਾਰ 10 ਸਾਲ ਦੀ ਸਜ਼ਾ ਹੋਈ ਆ ਹਜੇ ਸਾਡੀ ਗੱਲ ਨਹੀਂ ਮੁੱਕੀ ਸਜ਼ਾ ਕਿਵੇਂ ਮੁੱਕ ਸਕਦੀ ਦਸ ਸਾਲ ਹੀ ਹੋ ਗਏ ਤੁਹਾਨੂੰ ਬੈਠਿਆਂ ਨੂੰ ਨਿਕਲ ਜਾਓ ਘੋੜੇ ਵਾਲੇ ਤਾਂ ਇਹੋ ਜਿਹੀ ਚੀਜ਼ ਹੁੰਦੇ ਆ ਲੈ ਵੀ ਸੱਜਣੋ ਘੋੜਾ ਸਾਡੇ ਪਿਛੌਰੇ ਦਾ ਭਰਾ ਏ ਹਿੰਦ ਕੇਸਰੀ ਨਾਂ ਬਹੁਤ ਚੰਗਾ ਬੱਚਾ ਆ ਮਾਲਕ ਦੀ ਕਿਰਪਾ ਨਾਲ ਦਾਤੇ ਦੀ ਦਇਆ ਨਾਲ ਬੜਾ ਸੋਹਣਾ ਬੱਚਾ ਆ ਜੇ ਮੈਂ ਖਾਨਦਾਨ ਬਾਰੇ ਵੈਸੇ ਤਾਂ ਮੈਂ ਪਹਿਲਾਂ ਦੱਸ ਚੁੱਕਿਆ ਬਾਪ ਆ ਜਿਹੜਾ ਉਹ ਆ ਗਿਆ ਅਲਬਖਸ਼ ਦਾ ਬਾਪ ਆ ਗਿਆ ਦਰੋਣਾ ਅਲਬਖਸ਼ ਦੀ ਮਾਂ ਬਹੁਤ ਚੰਗੀ ਸੀ ਦਰੋਣੇ ਦੀ ਮਾਂ ਬਹੁਤ ਚੰਗੀ ਸੀਗੀ ਅਤੇ ਇਹਦੀ ਮਾਂ ਬਹੁਤ ਚੰਗੀ ਆ ਮਤਲਬ ਜਿੱਧਰਲੇ ਪਾਸੇ ਤੁਸੀਂ ਤਾਂ ਮਾਂ ਦਾ ਪਿਓ ਬਹੁਤ ਚੰਗਾ ਮਤਲਬ ਜਿੱਧਰਲੇ ਵੀ ਪਾਸੇ ਨੂੰ ਤੁਸੀਂ ਤੁਰ ਪਓਗੇ ਇਸ ਘੋੜੇ ਦੇ ਪਾਸਿਓਂ ਤੁਸੀਂ ਕਿਸੇ ਵੀ ਪਾਸੇ 'ਚੋਂ ਨਾਨਕੇ ਦਾਦਕੇ ਵਾਲੇ ਪਾਸੇ ਤੋਂ ਤੁਸੀਂ ਕੋਈ ਵੀ ਚੀਜ਼ ਤੁਸੀਂ ਐਂ ਨਹੀਂ ਵੀ ਕਮੀ ਭਾਲ ਲਓਗੇ ਅਤੇ ਨਾ ਇਹਦੇ ਖੁਦ 'ਚ ਹੈਗੀ ਆ ਅਤੇ ਮਾਲਕ ਦੀ ਕਿਰਪਾ ਨਾਲ ਬੱਚਾ ਵੀ ਜਿਹੜਾ ਪਹਿਲਾਂ ਆਇਆ ਰਤਨਾਕਰ ਦੀ ਘੋੜੀ ਆ ਅਤੇ ਤੈਅ ਤੋੜ 'ਤੇ ਬੱਚਾ ਪੈਦਾ ਕਰਨ ਵਾਲੀ ਆਨੰਦ ਆ ਗਿਆ ਅੱਗੇ ਵੀ ਪੈਦਾ ਕਰੂਗਾ ਜਾਇਜ਼ ਫੀਸ ਆ ਜਗ੍ਹਾ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਮੈਂ ਤੁਹਾਨੂੰ ਹੁਣ ਵੀ ਦੱਸ ਦਿੰਦਾ ਕਿ ਪਾਤਰਾਂ ਦੇ ਬਿਲਕੁਲ ਕੋਲੇ ਪਿੰਡ ਆ ਬਾਈ ਹੁਣਾਂ ਦਾ ਨੋਟ ਕਰ ਲਓ ਨੰਬਰ ਫੋਨ ਕਰ ਲਿਓ ਵੀਡੀਓ ਸ਼ੇਅਰ ਕਰਨ ਦਾ ਕੋਈ ਕਿਸੇ ਨੂੰ ਜੁਰਮਾਨਾ ਨਹੀਂ ਕੁਛ ਨਹੀਂ ਲੱਗਦਾ ਜੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤਾਂ ਜਿਹੜਾ ਘੋੜਾ ਸਾਂਭਣ ਵਾਲਿਆਂ ਨੂੰ ਇਹੀ ਬਚਤ ਆ ਜਿਹੜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਬਹੁਤ ਸੋਹਣਾ ਕਮਾਲ ਬਾਈ ਬਹੁਤ ਸਾਂਭਿਆ ਇਹ ਲਿਖ ਦਿੰਦੇ ਹਾਂ ਇਹੀ ਬਚਤ ਆ ਸਾਡੀ ਅਤੇ ਇਹ ਬਚਤ ਬਾਈ ਬਣ ਕੇ ਦੱਬ ਕੇ ਕਰਾ ਦਿਆ ਕਰੋ ਸ਼ੇਅਰ ਸ਼ੂਰ ਕਰ ਦਿਆ ਕਰੋ ਜਿਉਂਦੇ ਵੱਸਦੇ ਰਹੋ ਬਹੁਤ ਬਹੁਤ ਧੰਨਵਾਦ।